سفیر سفیرہ مسلم کا بہر مسلم جناب حاجی عالم آز بھٹی سے شبیہ تعلق جنازہ امیر علیہ السلام برامت کروے سے انشاءاللہ نو خانی ہو سی زجیر نو ماتم ہو سی تمام مولیبان محمد و علی محمد ماتم اللہ علیہ مدرم کربلا کو شرک کا دیب پر زور اصلاح ہے بابا سے بلند سلوہ بہت زیادہ
ਇੱਕ ਤੇ ਤਵੱਜੋ ਨਾਲ ਮੌਲਾ ਦਾ ਜ਼ਿਕਰ ਸੁਣਦਾ ਹੈ ਔਰ ਧਿਆਨ ਦੇ ਕੇ ਮਜਲਿਸ ਸੁਣਦਾ ਹੈ ਔਰ ਇੱਕ ਇੱਕ ਗੱਲ ਤੇ ਸ਼ਾਮਿਲ ਵੀ ਹੁੰਦਾ ਹੈ ਔਰ ਬੋਲਦਾ ਵੀ ਹੈ। ਫਿਰ ਨਾਮੇ ਅਲੀ ਸੁਣ ਕੇ ਦਿਲ ਦਾ ਖੁਸ਼ ਹੋ ਜਾਣਾ ਇਹ ਛੋਟੀ ਜਿਹੀ ਗੱਲ ਨਹੀਂ ਹੈ। ਨਾਮੇ ਅਲੀ, ਨਾਮੇ ਅਲੀ ਸੁਣ ਕੇ ਅੰਦਰ ਠਰ ਜਾਏ ਇਹ ਛੋਟੀ ਜਿਹੀ ਗੱਲ ਨਹੀਂ। ਵੱਡੇ ਵੱਡੇ ਅੰਦਰੋਂ ਅਲੀ ਤੋਂ ਸੜਦੇ ਅੰਦਰ ਅੰਦਰ ਦਾ ਠਰ ਜਾਣਾ ਛੋਟੀ ਜਿਹੀ ਗੱਲ ਨਹੀਂ। ਚਲੋ ਮੈਂ ਏਡਾ ਮਾਸ਼ਾਅੱਲਾ ਸੋਹਣਾ ਮਾਹੌਲ, ਮੈਂ ਤਾਂ ਭਾਈ ਮਾਸੂਮ ਦੀ ਜ਼ੁਬਾਨੀ ਪੜ੍ਹ ਦੇਣਾ ਤਾਂ ਕਿ ਪਿਛਲੇ ਭਾਈ ਵੀ ਸ਼ਾਮਿਲ ਹੋ ਜਾਵਣ। ਬੰਦਾ ਆਇਆ, ਉਸ ਆਪ ਕੇ ਸਲਾਮ ਕੀਤਾ, ਮੌਲਾ ਨੇ ਸਲਾਮ ਦਾ ਜਵਾਬ ਦਿੱਤਾ, ਸਰਕਾਰ ਦੀ ਗੱਲ ਪੁੱਛਣੀ ਹੈ। ਫਿਰ ਮੈਂ ਪੁੱਛ ਸਰਕਾਰ ਕਿ ਤੂੰ ਵੀ ਤੁਹਾਡੇ ਦਾਦੇ ਦਾ ਨਾਂ ਲਵੇ, ਦਿਲ ਬੜਾ ਖੁਸ਼ ਹੋ। ਮੌਲਾ ਮੇਰਾ ਤੇ ਹਾਂ ਠਰ ਪੈਂਦਾ ਜਦੋਂ ਕੋਈ ਆਖੇ ਨਾ ਯਾ ਅਲੀ, ਠੰਡਕ ਪਹੁੰਚ ਰਹੇ ਨਾ ਹੈ, ਚਿਹਰੇ ਤੋਂ ਮੁਸਕਰਾਹਟ ਵੀ ਆਈ ਹੈ, ਸਕੂਨ ਵੀ ਪਹੁੰਚੇ ਯਾ ਅਲੀ। ਅੱਛਾ, ਕੈਸਾ ਕਿਸੇ ਬੰਦੇ ਦੇ ਮਾਸ਼ਾ ਅੱਲਾ ਇੰਜ ਜ਼ੁਬਾਨ ਤੇ ਯਾ ਅਲੀ ਮਦਦ ਹੁੰਦਾ ਹੈ ਕਿ ਉਹ ਜਿੱਥੇ ਵੀ ਮੋਮਿਨ ਨੂੰ ਮਿਲੇ ਉਹ ਆਦਾ ਯਾ ਅਲੀ ਮਦਦ, ਯਾ ਅਲੀ ਮਦਦ, ਯਾ ਅਲੀ ਮਦਦ। ਹੁਣ ਅਗਲਾ ਮਾਸ਼ਾ ਅੱਲਾ ਜਿੱਦਾਂ ਹਾਂ ਠਰਦਾ ਉਹਦੀ ਤਾਂ ਕਿਆ ਹੀ ਬਾਤ ਹੈ। ਉਸ ਵਾਸਤੇ ਉਸ ਜ਼ਿਮਨ ਵਿੱਚ ਮੈਂ ਲਫ਼ਜ਼ ਆਖ ਰਿਹਾ ਕਿ ਮੌਲਾ ਦਾ ਨਾਮ ਸੁਣ ਕੇ ਹਾਂ ਠਰ ਜਾਏ ਛੋਟੀ ਜਿਹੀ ਗੱਲ ਨਹੀਂ। ਮੌਲਾ ਮੇਰੀਆਂ ਕਿਆ ਜ਼ਿੰਮੇਦਾਰੀਆਂ ਮਸੂ ਫਰਮਾਇਆ, ਅਗਰ ਮੇਰੇ ਦਾਦੇ ਦਾ ਨਾਂ ਸੁਣ ਕੇ ਤੇਰਾ ਦਿਲ ਖੁਸ਼ ਹੁੰਦਾ ਫਿਰ ਤੇਰੀਆਂ ਦੋ ਜ਼ਿੰਮੇਦਾਰੀਆਂ। ਮੌਲਾ ਕਿਹੜੀਆਂ? ਫਰਮਾਇਆ, ਇੱਕ ਤੇ ਖੁਦਾ ਦਾ ਸ਼ੁਕਰੀਆ ਅਦਾ ਕਰ, ਦੂਸਰਾ ਘਰ ਜਾ ਕੇ ਮਾਂ ਦਾ ਸ਼ੁਕਰੀਆ। ਸਲਾਮਤ ਰੱਖੇ ਤੋ ਮਾਸ਼ਾਅੱਲਾ, ਇਹ ਬੜਾ ਹੀ ਸਰਸਰ ਬੜਾ ਹੀ ਵਕਤ ਹੈ, ਹਰ ਸ਼ੈ ਚਲੀ ਜਾਏ ਮਗਰ ਅਲੀ ਨਾ ਜਾਏ, ਮੁਹੱਬਤ ਅਹਿਲੇ ਬੈਤ ਨਾ ਜਾਏ, ਮੁਹੱਬਤ ਆਇਮਾ ਨਾ ਜਾਏ, ਜੋ ਅੰਦਰ ਮੌਜੂਦ ਹੈ ਕੀਮਤੀ ਤੋਹਫਾ, ਕੋਈ ਬਾਤ ਨਹੀਂ, ਹੈਰ ਮੌਲਾ ਸਲਾਮਤ ਰੱਖੇ। ਤੋ ਇਹ ਦਿਲਾਂ 'ਚ ਅੱਛਾ, ਫਿਰ ਮੌਲਾ ਦੀ ਮਵੱਦਤ ਜਿਹੜਾ ਇਸ ਹੱਦ ਤੱਕ ਪਹੁੰਚ ਜਾਏ, ਤਵੱਜੋ ਰੱਖਿਆ ਹੈ, ਕਿਉਂਕਿ ਇਹ ਦਰਵਾਜ਼ਾ ਐਸਾ ਹੈ ਇੱਥੇ ਨਹੀਂ ਵੇਖਿਆ ਜਾਂਦਾ ਇਸ ਦੇ ਮੁਰੱਬੇ ਕਿਤਨੇ, ਇਹਦੇ ਕੋਲ ਪੈਸੇ ਕਿਤਨੇ, ਇਹਦੇ ਕੋਲ ਦੌਲਤ ਕਿਤਨੀ ਹੈ, ਬਸ ਇੱਥੇ ਇਹ ਵੇਖਿਆ ਜਾਂਦਾ ਇਹ ਆਇਆ ਕਿਵੇਂ। ਇਹੋ ਜਿੱਠਾ ਵੈਂਦਾ ਕਿ ਆਇਆ ਕਿਵੇਂ, ਆਇਆ ਕਿਸ ਤਰ੍ਹਾਂ। ਅੱਛਾ, ਜ਼ਮਾਨਾ ਚਾਹੁੰਦਾ ਆਈ ਅਸੀਂ ਅਲੀ ਨੂੰ ਮਿਲੂ, ਤਵੱਜੋ ਰੱਖਣੀ ਬਾਜੀ, ਜ਼ਮਾਨਾ ਚਾਹੁੰਦਾ ਆਈ ਅਸਾਂ ਅਲੀ ਨੂੰ ਮਿਲੂ, ਜ਼ਮਾਨਾ ਚਾਹੁੰਦਾ। ਬੜੇ ਬੜੇ ਕਬੀਲਿਆਂ ਦੇ ਸਰਦਾਰ ਚਾਹੁੰਦੇ ਹਨ ਅਸਾਂ ਅਲੀ ਨੂੰ ਮਿਲੀਏ, ਕਿਉਂਕਿ ਉਹਨਾਂ ਹਦੀਸ ਰਸੂਲ ਦੀ ਸੁਣੀ ਹੋਈ ਹੈ ਕਿ ਜਦੋਂ ਹੀ ਅਲੀ ਨੂੰ ਮਿਲਸੂ ਇਬਾਦਤ ਹੋ ਸੀ। ਕੋਈ ਨਹੀਂ, ਸਾਰੇ ਬੋਲੋ ਵੀ ਜਦੋਂ ਹੀ ਅਲੀ ਨੂੰ ਮਿਲਸੂ ਅਲੀ ਦਾ ਚਿਹਰਾ ਵੇਖਣਾ ਇਬਾਦਤ ਹੈ, ਹਦੀਸ ਰਸੂਲ ਸਭ ਲੈ ਲੈ। ਅੱਛਾ, ਬੰਦੇ ਇੰਤਜ਼ਾਰ ਵਿੱਚ, ਬੰਦੇ ਇੰਤਜ਼ਾਰ ਵਿੱਚ ਭਜਨ ਖੜੇ ਹੁੰਦੇ ਨੇ, ਇੰਤਜ਼ਾਰ ਵਿੱਚ ਜਦੋਂ ਅਲੀ ਆਵੇ ਮਿਲੂ, ਜਿਹਨੂੰ ਅਲੀ ਆਵੇ ਚਿਹਰਾ ਵੇਖੋ ਇਬਾਦਤ ਕਰੂੰ, ਉਸ ਮਾਤਮੇ ਤੱਕ ਸ਼ਾਮਿਲ ਹੋਣਾ ਹੈ। ਜ਼ਮਾਨਾ ਚਾਹੁੰਦਾ ਹੈ ਅਸਾਂ ਅਲੀ ਨੂੰ ਮਿਲੂ, ਅਲੀ ਚਾਹੁੰਦੇ ਹਨ ਮੈਂ ਬੇਸਬਰ ਮਿਲਾਂ। ਸਲਾਮਤ ਰੱਖੇ, ਏਡਾ ਖੂਬਸੂਰਤ ਸਮਾਤ, ਏਡਾ ਖੂਬਸੂਰਤ ਸੰਬੋਲਦੇ ਪਏ ਹੋ, ਮੇਰੇ ਦਿਲ ਕੇ ਤਮਾਮ ਅਹਬਾਬ ਸ਼ਾਮਿਲ ਹੋ ਜਾਣ, ਜੇਕੋ ਅਲੀ ਚਾਹੁੰਦੇ ਹਨ ਬੇ ਮੈਂ ਮਿਲਣਾ, ਉਹ ਆਮ ਤੇ ਨਹੀਂ ਨਾ ਹੋ ਸੀ। ਅਲੀ ਜੈਸਾ ਇਮਾਮ ਚਾਹੁੰਦਾ ਹੈ ਮੈਂ ਮੇਸਮ ਨੂੰ ਮਿਲਣਾ। ਅਲੀ ਖੁਦ ਮੇਸਮ ਦਾ ਆਸ਼ਿਕ, ਖੁਦ ਖੁਦ ਮੇਸਮ ਨਾਲ ਇਤਨੀ ਮੁਹੱਬਤ ਕਰ। ਮੇਸਮ ਫਿਰ ਕੌਣ ਹੈ, ਹੈ ਕੌਣ ਮੇਸਮ? ਜ਼ਮੀਨਦਾਰ ਹੈ, ਮੁਰੱਬਿਆਂ ਦਾ ਮਾਲਿਕ ਹੈ,
नहीं भाई आम छोटी जी दुकान हो भी बतले बतले खजूरा बेचता है मगर उनका इश्क इतना है भाजन जनाब करना लाज आज कोई गल नहीं कह इश्क इश्क इतना है इश्क के हाथ खाली दे हवाले आप खाली दे हवाले नहीं पता कि मेरे बल्ले बोले से हाँ हाँ कान अली के मतलब जो जो अली आंख है वही करने बस मौला कितने खुश है मौला दी खुशी देख बस जो अली आंख है वो करना है पता नहीं कितने बंदे शामिल हो से भाई जी जुबान से छाला हो रहे तो बंदा सौखा नहीं बोल बंदे अली दे फजाइल सुन के कई कई नहीं भी बोल दे नहीं बोल दे मतलब खामोश बैठे रहा ने हाजिर महफूज है हाजिर कि नहीं गया हाजिर महफूज है क्योंकि अली दी गल सुन रहा है ना हाजिर महफूज है फिर ओदी मौज है ना कि मौला दे फजाइल इंज बैठे थे बोल नहीं रहा ओदी अपनी मर्जी दी गल ते मेसम कौन है जुबान ते छाला होवे आज सब ते बंदा सौखा बोलता ही नहीं ते क्या कहने उंदे इश्क दे जेड़ा कट्टी जुबान नाल भी आता है सुनो अली हक के मेरे बुजुर्ग मौला सलामत रखे दोनों कटी जुबान नाल भी आख रहे हैं अली हक इतना इश्क अमीरे कायनात नाल फिर ए इश्क कल पों बड़ी है अगर महसूस किया जाए वो इतना इश्क ही जो अली आप चल के आ गया अली मौला आप चल के आ गए कायनात टुर के आ गई कायनात पुछ दे अलियो सामने पता तो है मौला ने भी कितने में सम बैठे किसे में सम बैठे हैं जी मौला सामने दुकान अली आप आ गए में सम उठ खड़े मौला ने आंधा बैठ के में सम उठ खड़े पता नहीं कितने बंदे जी ना तो खुशी आ सी उठ खड़े मौला तुसी मौला तुसा और मैं हाँ मैसम फिर तू इतने बाय भी नहीं तू जा घर जा तेरी दुकान पे मैं बस मर्जी है तुम्हारी बिगड़े हल्ले ना हो तेरी दुकान माशाल्लाह मौला सलामत रखे एक लब मौला तो अब सलामत रखे यार केड कीमती तोहफे तुहाडे दिल है महसूस नहीं होता कि जदों कोई आ ली आखे ठंडक महसूस होती कितना कीमती कीमती तोहफा तुहाडे अच्छा साई दुकान ते मेरे सम कोई नहीं हुण चला गया अली बैठे हुण जेडे बंदे गुजरदे पए हैं उन्हां दा इच्छा है कि दुकान ते मेरे सम दी तुम्हें सम माफी कोई नहीं तो अली बैठे आप ही कोई नहीं मौला बैठे बंदे गुजरते वेखते रहे बंदे गुजरते टहते रहे ऊं बह को दसा ऊं बह को दसा ऊं बह को दसा ऊं बह को दसा ओ भाई अली आप गया बैठे मेरे सम आप ही कोई नहीं घरे पता नहीं मेरे सम कितने अली बैठे है ऐसा इश्क है भाई अली आप बैठे एक बंदे निठा ते हो जल्दी नाल दौड़ा ते उस पैसे चाह के अली के सामने आ गया ਹੋ ਸਕੇ ਕਿ ਕਿਵੇਂ ਪੈ ਦਿੰਦੇ ਹੋ ਮੌਲਾ ਫਰਮਾਇਆ ਜਿਵੇਂ ਅੱਗੇ ਖਿੰਦੇ ਹੋ ਮੌਲਾ ਕਿਵੇਂ ਪਿਛਾਂ ਚਾ ਕਿਵੇਂ ਫਰਮਾਇਆ ਜਿਹੜੇ ਚਾਈ ਵਧਾ ਹੈ ਉਹ ਰੱਖ ਚਾ ਜਿਹੜੀ ਬਣਦੀ ਹੈ ਉਹ ਚਾ ਗਏ ਹੁਣ ਆਖਣ ਲੱਗਾ ਤੇ ਨਾ ਤੇ ਕੋਈ ਹਿਸਾਬ ਕਿਤਾਬ ਹੈ ਨਾ ਕੋਈ ਨਾਪ ਤੋਲ ਹੈ ਬਸ ਉਹ ਜਿਹੜੇ ਨਨ ਚੱਲਦੇ ਉਹ ਰੱਖੇ ਹਾਂਜੀ ਉਹ ਬਸ ਮਰਜ਼ੀ ਨਾਲ ਚਾਈ ਜਿਹੜੀ ਚਾਹ ਸਕਦਾ ਚਾਹ ਕੇ ਦੌੜਾ ਘਰ ਆਇਆ ਘਰ ਵਾਲੀ ਮੋਮਨਾ ਸਾਹਮਣੇ ਆ ਗਿਆ ਤੇ ਬਸ ਕਰ ਬਸ ਕਰ ਅਲੀ ਅਲੀ ਕਰਨਾ ਹੋ ਸਕੇ ਕਿਉਂ ਫਿਰ ਖੈਰ ਤਾਂ ਹੈ ਹੋ ਸਕੇ ਤੂੰ ਆਦੀ ਮੇਰਾ ਇਮਾਮ
زمینہ نالوں آسمانہ تیرا بہتر جاند ہے ہو سکے میں تو ہونی آدھی ہوں ہوں میں قدم آکھے بھی نہیں جاند دے مان ہون بھی جاند دے زمینہ نالوں آسمانہ تیرا میرا وکنے ہے بہتر ہو سکے جیڑا آسمانہ تیرا بہتر نہیں جاندا ہو سکے جی میں کھوٹے پیسے دیتے کیویں تے کیا ہو سکے دکان آئی میں سمدی اجل ہی بیٹھے ہیں وہ تو میں موقع لگا ہے میں تے کھوٹے پیسے اتنے دیتے تے کھجوراں چاہیاں تے مولا کے میں جو دل لے چالو جتنے دل لے چالو میں تو چال اچھا اچھا سکے دکان میں سمدی گئی تے بیٹھا لی گئی تو کھوٹے پیسے نال میرے مولا کل کھجورا لے سکے ہاں میرا اپنا کم جاری رکھ کے آدھی مڑ کھا تے سائی کڑوا نہ اگل سکتا ہوں تو اشارے سے آ رہے اشارے تو بیوی کے سامنے اشارے پوچھتا ہے ہوں کیا کرا ہوں مولا کل جا اور کی کرنی جا چین شاہ کل جا جا کے معافی منگ دوڑیا تو جو رکھا ہے دوڑیا اتنے تو میسم ہی آ گیا مولا پھر میں میسم دکان سنبھال تو میں نے اجازت سوکھا ہو کے سن لو دکان سنبھال میں نے اجازت دکان سنبھال کے آ دے واہ مولا اتنے پیسے نہیں چل دے مولا کھجوریاں کھجوراں بھی چلیاں گئیاں وہ کھجوراں بھی لے گئے مولا اتنے پیسے نہیں چل دے پتہ نہیں کتنے بولے سن مسکرا کے حسن دا بابا دے مطمئن رہے کھجوراں بھی نہیں چل دیاں سامنے آیا وہ اشارے ہیں جی میں مولا آخیا میں سمجھ میں کھجورا اس نے کسی کام دیا نہیں وہ کسی کام دیا نہیں کٹ بھی ہیں کھا ہی نہ سکتا وہ سامنے آیا وہ مولا فرمایا شہن میں سمجھ فرمایا شہن شاہ بادشاہ اس نے بولن جو گت کرو دسے تو صحیح بھی مسئلہ کیا ہے کتنے بندے بولے سن علی اشارہ کیتا دانا باہر آ گیا اے تے کھجور رہی علی اشارہ کرے تے سورے جا جا جناب دی کیا بات ہے سائیں تھوڑے ماشاءاللہ چہرہ تے گجیا گیا تو مجھے لگا سائیں مولا تم سلامت رکھے وہ بولنا جوگا ہو گیا تو بڑا اوکھا جیاں پہ قریب آ کے پیادے شہنشاہ اے ایک کھجوراں کیوں چاہیے ایک کھجوراں کیوں چاہیے مولا فرمایا تے تیرے یہ پیسے کی ہو جائیں جی ہو جائیں یہ کوئی اوکھی گل ہے جی ہو جائیں پیسے ہو جائیں کھجوراں کڑوی ہیں پیسے تیرے ٹھیک ہوں دے تاں کھجوراں ٹھیک ہوں دیاں پیسے تیرے کھوٹے کھجوراں کڑوی ہیں میں سمجھا شہنشاہ پیسے تو وہ اپنے چاہے کھجوراں واپس رکھے نتیجہ بھی رہنا شہنشاہ اوتے تو پیسے ہن نہیں کھوٹے ہاں جی کیا بات ہے کیا بات ہے شہنشاہ چلو اوتے تو پیسے کھوٹے ہی ہن پے نہیں تو مولا میری کھجوراں اوتے کڑویاں ہو گئی ہیں کون کتنا بولے اگر میں سب مطمئن ہو جا یہ تائیں چائی کھڑے کڑویاں رسی پھر مٹھیاں
بعد سر مولا تن سلامت رکھے اتنے خوبصورت لمحات ایڈا سونا تو سن دے پائے ہو اپنے ماشاءاللہ ہر پریشانی تو مالک تک محفوظ رکھو تو امیر کائنات دے ہاتھ ہر نوکر ہر صحابی امیر کائنات نو چاہن والے ہر صحابی امیر کائنات دے ہتھاں تے بوسہ دیتا سمے تو میں سمجھ ہاتھ تے بوسہ دے کے بڑے خوش ہو گئے کہ مولا تہاڈی زیارت ہوئی تہاڈے پہنچن نو سلام خوش ہو رہا ہے پر علی اپنے ہتھاں نو ویکھ کے بڑا رو رہا ہے زوار صاحب بڑا رو رہا ہے علی مولا اپنے ہتھ ال ویکھ کے نا اتنے کرونن جو علی دے آنسو رخسار تو ریش تک آ گئے مولا تک سلامت رہے آنسو ترٹ ترٹ زمین نوکر قدمے چ بہ گئے بادشاہ اساں تہاڈے ہتھاں تے بوسہ دے کے خوش ہونے ہیں تساں ہتھاں نوں ویکھ کے رو پوندے علی فرمائے میرے ہتھاں چ کتنی طاقت ہے سارے کٹھے ہو کے آدن مولا فاتح خیبر علی اپنے دونوں ہاتھ چھا کے دونوں ہاتھاں نوں ویکھ کے میرے کائنات فرمائے اے ہاتھ اڈاں دے نال ہن جڑا زہرا سی نہیں سنتی ہوں میرے شہنشاہ دیا
ਉਹਨਾਂ ਦਈਆਂ ਨੂੰ ਕਿਵੇਂ ਨੀਂਦਰ ਆਉਂਦੀ ਹੈ ਜਿਨ੍ਹਾਂ ਦਾ ਬਾਬਾ ਏਡਾ ਸਖੀ। ਜ਼ਿੰਦਗੀ ਦਾ ਨਹੀਂ ਪਤਾ ਅੱਜ ਹੈ, ਪਤਾ ਨਹੀਂ ਕੱਲ੍ਹ ਹੋ ਸਕੂ ਜਾਂ ਨਹੀਂ, ਲੇਕਿਨ ਤੁਹਾਡੀ ਮਿੰਨਤ ਕੀਤੇ ਬਗੈਰ ਮੈਂ ਬਹਿਣ ਨਾ ਕਰੇ ਸਕ। ਸ਼ਬੀਰ ਦਾ ਮਦਾ ਹਾਂ, ਇੱਕ ਲਮਹੇ ਵਾਸਤੇ ਤੁਹਾਡੇ ਸ਼ਹਿਰ ਵਿੱਚ ਆਇਆ ਅਤੇ ਸੁਣਾਵਣ ਮੈਂ ਸਹਿਣ ਦੀ ਯਤੀਮੀ ਆ। ਬੰਦੇ ਮੇਰੇ ਹੱਥ ਜਿਵੇਂ ਤੁਸੀਂ ਰੋ ਰਹੇ ਹੋ ਨਾ ਜਨਾਜ਼ਿਆਂ 'ਤੇ, ਇਵੇਂ ਹੀ ਹਾਈ ਕਰਨੀ ਅੱਜ ਸਾਹਿਬ ਤੁਹਾਡੇ ਮਜਮੇ ਦੀ ਜਿਹੜਾ ਜਵਾਨਾਂ ਦੇ ਆਂਸੂ ਆ ਗਿਆ, ਇਹਨਾਂ ਦੀ ਮਿਹਨਤ ਹੈ। ਇਹ ਮੇਰੇ ਬਜ਼ੁਰਗ ਆਖ ਸਨ ਕਿ ਸਾਡਾ ਬੇਟਾ ਆਲਮ ਅਬਾਸ ਠੀਕ ਆਖ ਰਿਹਾ ਹੈ, ਤੁਹਾਡੀ ਮਿਹਨਤ ਕਰਦਾ। ਜਦੋਂ ਰਮਜ਼ਾਨ ਦਾ ਚੰਨ ਚੜੇ, ਮਾਹੇ ਰਮਜ਼ਾਨ ਦਾ 18 ਰੋਜ਼ੇ ਤਾਈਂ ਜਿਵੇਂ ਦਿਲ ਲਈ ਸੈਰੀ ਕਰ, ਅਫਤਾਰੀ ਕਰ, ਘਰ ਵਾਲਿਆਂ ਦੀ ਫਰਮਾਇਸ਼ ਕਰ, ਵਿੱਚ ਕਰ, ਫਲਾਂ ਸ਼ਹਿ ਖਾਸਾ ਫਲਾਂ ਸ਼ਹਿ ਖਾਸਾ। ਜਦੋਂ 19 ਮਾਹੇ ਰਮਜ਼ਾਨ ਦਿਨ ਚੜ ਪਵੇ ਨਾ, ਉਦੋਂ ਫਿਰ ਫਰਮਾਇਸ਼ਾਂ ਛੋੜ ਦਿੱਤੀਆਂ। ਮੇਰੇ ਤੇ ਸਵਾਲ ਕਰੋ, ਆਲਮ ਅਬਾਸ ਮਿਹਨਤ ਕਿਉਂ ਕਰਦਾ ਹੈ? ਰੋਣ ਵਾਲੇ ਹਜ਼ਰਦਾਰੋ, ਬਾਬੇ ਦੀ ਜ਼ਰਬ ਤੋਂ ਬਾਅਦ ਫਕਤ ਨਮਕ ਨਾ ਗੁਜ਼ਾਰ। ਦੇ ਲੋਕ
बुजुर्गों की दुआ मिल गई। अल्लाह जानता है रल के असर रल के मातम करना है, शर्म नहीं करना। मैं बहन पड़सा तुम रल के मेरे नाल पुर सदो ते शहनशाह जनाजे की बरामदगी भी हो सकी है। जनाजे की बरामदगी जो जनाजा उठे थोड़ी तो मेहनत करता एक लम्हे वास्ते, जो जनाजा आवे ना एक लम्हे वास्ते अखा बंद कर लो यार। तुम पता है बाबे का जनाजा हो जरूर आए शाम छोड़ के मेरी सैर बाबे दे जनाजा माता माला मेहनत करिए बोलो जो बात की थक गए पालतू बतखान आवाज कदे बाहर गई वो खामोश रहा आवाज उन्होंने बाहर नहीं बहती कि मातमी है ना कर सी उन्नी दी सुबह आवाज आके रो रो की बेदर मौला आज दी नमाज दिया कर ले मौला तुम मस्जिद वैसे दरमियान बह गया एक एक परिंदे दे सर उते हाथ रख के अली प्यार नाल पियाद है न रोको मेरी मुख गई बिस्मिल्लाह।